ਵਿਅਕਤੀ ਨੇ ਆਪਣੇ ਘਰ ਨੂੰ ਲਗਾਈ ਅੱਗ, ਪਰਿਵਾਰ ਜ਼ਿੰਦਾ ਝੁਲਸਿਆ। ਕਾਲਾ ਸੰਘਿਆ ਰੋਡ 'ਤੇ ਸਥਿਤ ਪਿੰਡ ਆਲਮਗੀਰ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਹਾਦਸੇ ਵਿੱਚ ਉਸਦਾ ਪਰਿਵਾਰ ਪੂਰਾ ਜ਼ਿੰਦਾ ਝੁਲਸ ਗਿਆ। ਅੱਗ ਵਿੱਚ ਝੁਲਸਣ ਨਾਲ ਉਕਤ ਵਿਅਕਤੀ, ਉਸਦੇ ਪੁੱਤਰ ਅਤੇ ਧੀ ਦੀ ਮੌਤ ਹੋ ਗਈ, ਜਦਕਿ ਉਸਦੀ ਪਤਨੀ ਅਤੇ ਭੈਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਤਨੀ ਮਨਦੀਪ ਦੀ ਬਾਅਦ ਵਿੱਚ ਮੌਤ ਹੋ ਗਈ। ਉਕਤ ਵਿਅਕਤੀ ਕੱਲ੍ਹ ਜੌਰਡਨ ਤੋਂ ਆਇਆ ਸੀ। ਵਿਅਕਤੀ ਵੱਲੋਂ ਘਰ ਨੂੰ ਅੱਗ ਲਾਉਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਹੈ। ਇਸ ਮੌਕੇ 'ਤੇ ਪਰਿਵਾਰਕ ਮੈਂਬਰ ਅਤੇ DSP ਕਪੂਰਥਲਾ ਸਰਬਜੀਤ ਸਿੰਘ ਨੇ ਕਿਹਾ, ਭਾਅ ਜੀ ਮਸਲਾ ਕੁਲਵਿੰਦਰ ਸਿੰਘ ਇਹਦਾ ਨਾਂ ਆ ਜੀ, ਅਤੇ ਰਾਤੀ 11 ਵਜੇ ਕੋਈ 11 ਕੁ ਦੇ ਕਰੀਬ ਆਇਆ ਵਾ, ਬਾਹਰੋਂ ਵਿਦੇਸ਼ ਵਿੱਚ ਰਹਿੰਦਾ ਸੀ। ਘਰਦਿਆਂ ਨੂੰ ਵੀ ਨਹੀਂ, ਮੰਮੀ ਮਾਂ ਨੂੰ ਨਹੀਂ ਪਤਾ ਸੀਗਾ ਵੀ ਬੱਚਾ ਸਾਡੇ ਨੇ ਆਉਣਾ ਆ ਜਾਂ ਨਹੀਂ ਆਉਣਾ। ਹੋਰ ਵੀ ਪਿੰਡ ਵਾਸੀ ਕਿਸੇ ਨੂੰ ਆਂਢ ਗੁਆਂਢ ਨਹੀਂ ਪਤਾ ਸੀਗਾ ਵੀ ਇਸ ਬੰਦੇ ਨੇ ਬਾਹਰੋਂ ਆਉਣਾ ਜਾਂ ਕਿੱਦਾਂ। ਕਿਸੇ ਨੂੰ ਇਹ ਰਾਤ ਕੋਈ 11-12 ਵਜੇ ਦੇ ਕਰੀਬ ਆਇਆ ਆ, ਅਤੇ ਪਤਾ ਨਹੀਂ ਇਹਨਾਂ ਦੇ ਕੀ ਆਪਸ ਵਿੱਚ ਹੋਇਆ, ਕੀ ਗੱਲਬਾਤ ਹੋਈ ਆ, ਅਤੇ ਕਿਸੇ ਨੂੰ ਵੀ ਕੁਛ ਨਹੀਂ ਪਤਾ। ਆ ਕੇ ਰੋਟੀ ਪਾਣੀ ਖਾਧਾ, ਸੁਣਿਆ ਜਿੱਦਾਂ ਇਹਨਾਂ ਨੇ ਘਰਦਿਆਂ ਨੇ ਦੱਸਿਆ ਆ, ਨਾਲ ਨੂੰ ਕੇ ਪੈ ਗਿਆ ਵੀ ਚਲੋ ਮੈਂ ਸਵੇਰੇ ਬੁਲਾਊਂਗਾ। ਮੰਮੀ ਨੂੰ ਵੀ, ਇਹਦੀ ਭੈਣ ਵੀ ਨਾਲ ਰਹਿੰਦੀ ਹੈ ਦੂਸਰੇ ਕਮਰੇ 'ਚ, ਉਹਨਾਂ ਨੂੰ ਵੀ ਕੁਛ ਨਹੀਂ ਪਤਾ ਵੀ ਕਦੋਂ ਆਇਆ। ਅਤੇ ਰਾਤ ਨੂੰ ਆਇਆ, ਪਤਾ ਨਹੀਂ ਕੀ ਗੱਲਬਾਤ ਇਹਨਾਂ 'ਚ ਹੋਈ ਆ। ਸਵੇਰੇ 3-4 ਵਜੇ ਦੀ ਗੱਲ ਆ, ਅਤੇ ਇਹਨਾਂ ਨੂੰ ਅੱਗ ਆਉਂਦੇ ਨੇ ਸਾਰੇ ਟੱਬਰ ਨੂੰ ਲਾ ਲਈ, ਪਤਾ ਨਹੀਂ ਕੇਸ ਵਜ੍ਹਾ ਨਾਲ ਲਾਈ ਇਹ ਤਾਂ ਕੀ ਆ। ਇਨਕੁਆਇਰੀ ਤੋਂ ਬਾਅਦ 'ਚ ਪਤਾ ਲੱਗਾ ਕਿੰਨੀ ਕੋਈ ਰਿਕਾਰਡਿੰਗ ਵਗੈਰਾ ਫੋਨ ਤੋਂ ਮਿਲੀ ਆ ਕੋਈ ਇਸ ਤਰ੍ਹਾਂ ਦਾ? ਹਾਂਜੀ, ਦੱਸਦੇ ਆ ਵੀ ਰਿਕਾਰਡਿੰਗ ਪੁਲਿਸ ਹੋਈ ਆ ਪੂਰੀ, ਜਿੱਦਾਂ ਉਹ ਪੁਲਿਸ ਦੇ ਕੋਲ ਹੀ ਆ ਫੋਨ ਵਗੈਰਾ, ਉਹਨਾਂ ਕੋਲ ਹੀ ਆ, ਉਹਨਾਂ ਨੂੰ ਪਤਾ ਹੋਊ ਵੀ ਕੀ ਰਿਕਾਰਡਿੰਗ ਦੇ ਵਿੱਚ ਆਇਆ ਕੀ ਨਹੀਂ ਆਇਆ। ਹਾਂਜੀ, ਅੱਜ ਸਵੇਰੇ ਹੀ ਸਾਨੂੰ ਕਪੂਰਥਲਾ ਸਦਰ ਜੇ ਪਿੰਡ ਪੈਂਦਾ ਇਹ ਆਲਮਗੀਰ ਜਿਹੜਾ ਕਾਲਾ ਸੰਘਿਆ, ਸਵੇਰੇ ਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਬਰਨਿੰਗ ਕੇਸ ਆਏ ਆ ਸਿਵਲ ਹਸਪਤਾਲ ਕਪੂਰਥਲਾ। ਜਦੋਂ ਇਮੀਡੀਏਟਲੀ ਅਸੀਂ ਕਪੂਰਥਲੇ ਪਹੁੰਚੇ ਤਾਂ ਇੱਕ ਲੜਕਾ ਜਿਹੜਾ ਕੁਲਵਿੰਦਰ ਸਿੰਘ, ਉਹਦੀ ਡੈਥ ਹੋ ਚੁੱਕੀ ਸੀ, ਔਰ ਬਾਕੀ ਰੈਫਰ ਕਰ ਦਿੱਤੇ ਸੀ ਜਲੰਧਰ। ਦੈਨ ਅਸੀਂ ਜਲੰਧਰ ਗਏ ਔਰ ਉੱਥੇ ਅਸੀਂ ਜਿਹੜੇ ਬਾਕੀ ਪਰਿਵਾਰ ਦੇ 2 ਤਾਂ ਬੱਚੇ ਸੀਗੇ, ਇੱਕ 5 ਸਾਲ ਦਾ ਔਰ ਲੜਕੀ 8 ਸਾਲ ਦੀ, ਔਰ ਲੇਡੀਜ਼ ਸੀਗੀ ਉਹ ਅਪਰੋਕਸੀਮੇਟਲੀ 32 ਸਾਲ ਸੀ ਔਰ ਬੋਲਦੀ ਸੀਗੀ ਉਹਦੀ ਅਸੀਂ ਡਾਕਟਰ ਸਾਹਿਬ ਦੀ ਹਾਜ਼ਰੀ 'ਚ ਸਟੇਟਮੈਂਟ ਲਿਖੀ, ਪਲੱਸ ਇਮੀਡੀਏਟਲੀ ਅਸੀਂ ਐਪਲੀਕੇਸ਼ਨ ਦਿੱਤੀ CGM ਜਲੰਧਰ ਨੂੰ, ਔਰ ਉਹਨਾਂ ਨੇ ਡਿਊਟੀ ਮੈਜਿਸਟਰੇਟ ਅਪੁਆਇੰਟ ਕੀਤਾ ਔਰ ਉਹਨਾਂ ਨੇ ਵੀ ਇਹਨਾਂ ਦੀ ਸਟੇਟਮੈਂਟ ਲਿਖੀ। ਉਹਨਾਂ ਸਟੇਟਮੈਂਟ ਬਿਹਾਫ 'ਤੇ ਅਸੀਂ FIR ਲਾਂਚ ਕੀਤੀ ਆ, FIR ਨੰਬਰ 87-306-34 IPC, ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ। ਕਿੰਨੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਕੋਈ ਇਹਦੇ 'ਚ ਕੀ ਅਕਿਊਜ਼ਡ ਹੈ, ਗਿਲਟੀ ਹੈ? ਟੋਟਲ ਹਸਬੈਂਡ ਵਾਈਫ ਦੋਨੋਂ ਬੱਚੇ ਪੂਰੀ ਫੈਮਿਲੀ ਹੀ ਇਹਦੇ 'ਚ ਸੀਗੀ ਇਨਵੋਲਵ, ਜਿਨ੍ਹਾਂ ਨੇ ਅੱਗ ਲਾਈ ਸੀਗੀ, ਔਰ ਇਹਦੇ ਵਿੱਚ 4 ਦੀ ਹੀ ਜਸਟ ਇੱਕ ਹੁਣੇ ਥੋੜ੍ਹਾ ਚਿਰ ਪਹਿਲਾਂ ਜਿਹੜੀ ਲੇਡੀਜ਼ ਉਹਦੀ ਵੀ ਡੈਥ ਹੋ ਗਈ ਆ, ਜਿਨ੍ਹਾਂ ਦਾ ਅਸੀਂ ਸਟੇਟਮੈਂਟ ਲਿਖਿਆ ਸੀ ਸਵੇਰੇ, ਔਰ ਉਹਦੇ 'ਚ 4 ਨਾਂ ਹੈਗੇ ਆ, ਜਿਹਦੇ 'ਚ ਗੁਰਪ੍ਰੀਤ ਸਿੰਘ ਸਨੀ, ਬਲਕਾਰ ਸਿੰਘ, ਤੀਰਥ ਸਿੰਘ ਅਤੇ ਇੱਕ ਸਨੀ ਦੀ ਮਦਰ ਸੱਤਿਆ। ਇਹਨਾਂ ਦੇ ਖਿਲਾਫ਼ ਅਸੀਂ FIR ਲਾਂਚ ਕਰਕੇ ਫਰਦਰ ਇਹਨਾਂ ਦੀ ਗ੍ਰਿਫਤਾਰੀ ਲਈ ਅਸੀਂ ਰੇਡ ਪਾਰਟੀਆਂ ਸਾਡੀਆਂ ਗਈਆਂ। ਮੇਨ ਕਾਰਨ ਕੀ ਰਿਹਾ ਇਸ ਪੂਰੇ ਇੰਸੀਡੈਂਟ ਦਾ? ਇਸ ਦੇ ਵਿੱਚ ਸੀਗਾ ਜਿਹੜਾ ਲੜਕਾ ਸੀਗਾ ਮਰਨ ਵਾਲਾ ਕੁਲਵਿੰਦਰ, ਉਹ ਪਿਛਲੇ ਕਰੀਬ 1.5 ਸਾਲ ਤੋਂ ਜੌਰਡਨ ਗਿਆ ਹੋਇਆ ਸੀਗਾ, ਔਰ ਜਿਹੜੀ ਉਹਦੀ ਵਾਈਫ ਸੀ ਜੋ ਉਹਨੇ ਬਿਆਨ 'ਚ ਲਿਖਾਇਆ ਸਾਨੂੰ, ਸਨੀ ਨੇ ਉਸਦੀਆਂ ਕੁਝ ਫੋਟੋ ਐਂਡ ਮੂਵੀਜ਼ ਬਣਾ ਲਈਆਂ ਸੀਗੀਆਂ, ਜਿਸ ਕਰਕੇ ਉਹ ਕਹਿੰਦੇ ਵੀ ਇਹ ਸਾਰੇ ਹੀ ਮੈਨੂੰ ਬਲੈਕਮੇਲ ਕਰਦੇ ਆ ਉਹਨਾਂ ਦੀਆਂ ਫੋਟੋ ਐਂਡ ਮੂਵੀ ਦੇ ਵਿਆਹ 'ਤੇ। ਉਸ ਕਰਕੇ ਹੀ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਕਿਸੇ ਹੋਰ ਨਾਲ ਤਾਂ ਗੱਲ ਨਹੀਂ ਕੀਤੀ, ਉਹਦੇ ਹਸਬੈਂਡ ਨੇ ਸਡਨਲੀ ਉਹਨੇ ਤੇਲ ਪਾ ਕੇ ਸਾਰਿਆਂ ਨਾਲ ਅੱਗ ਲਾ ਦਿੱਤੀ। ਮੇਨ ਉਹ ਫੋਟੋ ਹੀ ਕਾਰਨ ਹੈ।